मोगा तो इंसानियत नूं शर्मसार करन वाली घटना सामने आई है जिथे चार नौजवानां ते एक 14 साल नाबालिग लड़की नाल बलात्कार करन दा दोष लग्या है। हस्पताल विच दाखल पीड़ित लड़की ने दस्या कि वह जदों किसी काम लई जा रही सी तां रस्ते विच चार लड़कियां ने पहला तां उसकी कुटमार कीती अते फिर उस नाल रेप किया। उधर पुलिस वालों लड़की के बयान के आधार पर बनता मामला दर्ज कर जांच शुरू कर दी गई है। कल 4 दिन मुंडे से मैं बाबे के मेले तो आँगी थी तो मेरे राज गल पे ने मैं किसी के घर खिंच के लै गए तो फिर मेरे गल पे मैं कुटमार की आ मेरे ना रेप किया वा फिर मैं इतने होस्पिटल आई हाँ। कि 4 जने कहते लै गए मोटरसाइकिल ते लेके गए सी। तुम जानदे पहला जानदे सी तोरी गलबात सी कोई पहला जबरदस्ती की थी? नहीं गलबात नहीं सी जबरदस्ती की थी। ते किथे लेके किथे गए? किसे दे घर लेके गए सी। कदों लेके गए सी? 5 बजे दा टाइम सी। ते वापस छड के ओही गए के घर दे लेके गए तुम? वापस ओही छड के गए जदों सरपंच ने फोन कीता सी कि तुसी उहनां दी कुड़ी उहनां दे घरे बचा दो। ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ? ਸਾਡੇ ਵੱਲੋਂ ਅਸੀਂ ਬਿਆਨ ਦਿੱਤੇ ਪੁਲਿਸ ਨੂੰ। ਬਿਲਕੁਲ ਜੀ, ਸਾਡੇ ਇੱਧਰ ਥਾਣੇ ਦੇ ਏਰੀਏ ਦੀ ਇੱਕ ਨਾਬਾਲਿਗ ਬੇਟੀ ਆ ਜਿਹਦੇ ਨਾਲ ਰੇਪ ਹੋਇਆ ਜੀ। ਉਹ ਇੱਥੇ ਹੋਸਪਿਟਲ ਐਡਮਿਟ ਆ। ਸਾਡੀ ਲੇਡੀ ਐਨ ਜੀ ਓ ਆਫਿਸਰ ਵੱਲੋਂ ਉਹਦੀ ਸਟੇਟਮੈਂਟ ਲੈ ਲਈ ਆ। ਅਸੀਂ ਉਹ ਲੜਕੀ ਜਿਹੜੀ ਨਾਬਾਲਿਗ ਆ ਉਹਦੀ ਸਟੇਟਮੈਂਟ 'ਤੇ ਕੇਸ ਰਜਿਸਟਰ ਕਰ ਰਹੇ ਹਾਂ ਰੇਪ ਦਾ। ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਕੇ ਜਿਹੜੇ ਜਿਹੜੇ ਦੋਸ਼ੀ ਹੋਣਗੇ ਇਹਦੇ 'ਚ ਉਹਨਾਂ ਨੂੰ ਜਲਦ ਅਰੈਸਟ ਕਰਕੇ ਮੁਕੱਦਮੇ ਨੂੰ ਕੰਪਲੀਟ ਕਰਕੇ ਅਦਾਲਤ ਵਿੱਚ ਜਲਦ ਦੇਵਾਂਗੇ। ਉਹ ਇਹ ਚੀਜ਼ ਪਲੀਜ਼ ਅਜੇ ਨਾ ਅਸੀਂ ਦੋਸ਼ੀਆਂ ਨੂੰ ਅਰੈਸਟ ਕਰਨਾ, ਉਹ ਸਾਰਾ ਤੁਹਾਨੂੰ FIR 'ਚ ਦੱਸ ਦਿਆਂਗੇ ਨਾ, ਬਾਅਦ ਵਿੱਚ ਦੱਸ ਦਿਆਂਗੇ। ਨਾਂ ਲਿਖਾ ਤੇ ਉਹਨਾਂ ਨੇ ਜਿਹੜੇ ਦੋਸ਼ੀਆਂ ਨੂੰ ਅਰੈਸਟ ਕਰ ਲਈਏ ਅਸੀਂ। ਨਹੀਂ ਇਹ ਤਾਂ ਗੱਲ ਹੁਣ ਇਨਵੈਸਟੀਗੇਸ਼ਨ 'ਚ ਪਤਾ ਲੱਗੇਗਾ ਕਿ ਕੀ ਹੈ ਜੋ ਵੀ ਹੈ ਹਾਲਾਤ। ਲੜਕੀ ਵੱਲੋਂ ਕੋਈ ਦੱਸਿਆ ਗਿਆ ਕਿੰਨੇ ਲੜਕੇ ਸੀ ਜਾਂ ਕਿਸ ਤਰ੍ਹਾਂ ਦੇ? ਹਾਂ ਬਿਲਕੁਲ, ਉਹਨੇ ਆਪਣੀ ਸਟੇਟਮੈਂਟ ਦੇ ਵਿੱਚ ਲਿਖਾ ਦਿੱਤੇ ਆ ਲੜਕੀ ਨੇ ਨਾਮ, ਲੇਕਿਨ ਜਿਹੜੇ ਅਸੀਂ ਥੋੜ੍ਹਾ ਇਨਵੈਸਟੀਗੇਸ਼ਨ ਅੱਗੇ ਪ੍ਰੋਪਰ ਕਰਨ ਵਾਸਤੇ ਨਾਂ ਨਹੀਂ ਡਿਸਕਲੋਜ ਕਰ ਸਕਦੇ। ਇਹ ਕੱਲ ਦਾ ਆਰੋਪੀ ਫੜ ਲਏਗੇ ਜੀ? ਨਹੀਂ ਅਜੇ ਨਹੀਂ ਫੜੇ ਜੀ, ਜਲਦ ਫੜ ਲਾਂਗੇ ਅਸੀਂ, ਸਾਡੀਆਂ ਟੀਮਾਂ ਲੱਗੀਆਂ ਹੋਈਆਂ। ਕਿੰਨੇ ਬੰਦਿਆਂ ਦੇ ਮਾਮਲਾ ਦਰਜ ਕਰੋ? ਮੈਂ ਪਲੀਜ਼ ਮੈਂ ਤੁਹਾਨੂੰ ਇਹੀ ਬੇਨਤੀ ਕਰ ਰਿਹਾ ਵੀ ਉਹਨੇ ਲੜਕੀ ਨੇ ਆਪਣੇ ਬਿਆਨ ਦੇ ਵਿੱਚ ਲਿਖਾ ਦਿੱਤਾ, ਲੇਕਿਨ ਅਜੇ ਡਿਸਕਲੋਜ ਕਰਨ ਵਾਲੀ ਨਹੀਂ ਹੈਗੀ ਗੱਲ ਇਹ। ਜਲਦ ਜਲਦੀ ਦੋਸ਼ੀਆਂ ਨੂੰ ਅਸੀਂ ਅਰੈਸਟ ਕਰਕੇ ਤੁਹਾਡੇ ਸਾਹਮਣੇ ਕਰਾਂਗੇ ਸਾਰਿਆਂ ਨੂੰ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ TV। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ TV।